ਤਾਂ ਪੰਜਾਬੀ ਕਲਾਕਾਰਾਂ ਦਾ ਵੀ ਖੂਬ ਸਾਥ ਕਿਸਾਨਾਂ ਨੂੰ ਮਿਲ ਰਿਹਾ ਹੈ। ਉਧਰ ਪੰਜਾਬੀ ਸਿੰਗਰ ਲਖਵਿੰਦਰ ਵਡਾਲੀ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਮੈਂ ਕਿਸਾਨੀ ਦੇ ਨਾਲ ਹਮੇਸ਼ਾ ਤੋਂ ਜੁੜਿਆ ਰਿਹਾ ਤੇ ਮੈਂ ਇਹਨਾਂ ਖੇਤੀ ਬਿੱਲਾਂ ਦਾ ਵਿਰੋਧ ਕਿਸਾਨਾਂ ਦੇ ਨਾਲ ਕਰਾਂਗਾ ਤੇ ਕਿਸਾਨਾਂ ਦੇ ਨਾਲ ਡਟ ਕੇ ਖੜਾ ਹੋਵਾਂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ। ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਕਿਸਾਨ ਵਿਰੋਧੀ ਕਿਸਾਨ ਮਾਰੂ ਬਿੱਲ ਜਿਹੜਾ ਜਾਰੀ ਕਰ ਦਿੱਤਾ ਗਿਆ, ਜਿਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕਿਸਾਨ ਯੂਨੀਅਨ ਔਰ ਬਹੁਤ ਸਾਰੇ ਕਿਸਾਨ ਇਸ ਵੇਲੇ ਸੜਕਾਂ 'ਤੇ ਨੇ ਸੰਘਰਸ਼ ਕਰਦੇ ਹੋਏ ਇਸ ਬਿੱਲ ਦੇ ਵਿਰੋਧ ਦੇ ਵਿੱਚ ਔਰ 25 ਤਰੀਕ ਨੂੰ ਪੰਜਾਬ ਬੰਦ ਰਹਿਣ ਦਾ ਐਲਾਨ ਕੀਤਾ ਗਿਆ। ਸੋ ਮੇਰਾ ਸਮਰਥਨ ਕਿਸਾਨਾਂ ਦੇ ਨਾਲ ਹੈ ਕਿਉਂਕਿ ਮੈਂ ਆਪ ਪਿੰਡ ਦਾ ਰਹਿਣ ਵਾਲਾ, ਗੁਰੂ ਕੀ ਵਡਾਲੀ ਮੇਰਾ ਪਿੰਡ ਹੈ ਅਤੇ ਮੇਰਾ ਕਿਸਾਨੀ ਦੇ ਨਾਲ ਅਤੇ ਕਿਸਾਨਾਂ ਦੇ ਨਾਲ ਗੂੜਾ ਰਿਸ਼ਤਾ। ਸੋ ਇਸ ਕਰਕੇ ਮੈਂ ਇਸ ਦਰਦ ਨੂੰ ਸਮਝ ਸਕਦਾ ਔਰ ਮੇਰੀ ਸਪੋਰਟ ਪੂਰੀ 25 ਤਰੀਕ ਨੂੰ ਕਿਸਾਨਾਂ ਦੇ ਨਾਲ, ਉਹਨਾਂ ਦੇ ਇਸ ਧਰਨੇ ਦੇ ਨਾਲ ਪੂਰੀ ਸਪੋਰਟ ਹੈ। ਤੁਸੀਂ ਵੀ ਸਾਰੇ ਜਣੇ ਸਪੋਰਟ ਕਰੋ ਔਰ ਆਓ ਰਲ ਕੇ ਕਿਸਾਨੀ ਨੂੰ ਬਚਾਈਏ, ਜਵਾਨੀ ਨੂੰ ਬਚਾਈਏ, ਪਾਣੀ ਨੂੰ ਬਚਾਈਏ। ਜੈ ਜਵਾਨ ਜੈ ਕਿਸਾਨ। ਉਧਰ KS ਮੱਖਣ ਦੇ ਵੱਲੋਂ ਵੀ, ਪੰਜਾਬੀ ਗਾਇਕ ਨੇ KS ਮੱਖਣ ਦੇ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਜਾ ਰਿਹਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਿਸਾਨਾਂ ਦੇ ਉੱਤੇ ਨਹੀਂ ਬਲਕਿ ਪੰਜਾਬ ਦੇ ਉੱਤੇ ਸਿੱਧਾ ਹਮਲਾ। ਸੀ ਮੈਂ ਕੈਨੇਡਾ ਸੀ ਅਤੇ ਮੈਂ ਸੋਚਦਾ ਸੀ ਕਿ ਅਸੀਂ ਵੀ ਜਾਈਏ ਪੰਜਾਬ ਅਤੇ ਸਬੱਬ ਨਹੀਂ ਬਣ ਸਕਿਆ ਅਤੇ ਚਲੋ ਹੁਣ ਇੱਥੋਂ ਬੈਠੇ ਹਾਜ਼ਰੀ ਲਵਾਉਂਦੇ ਹਾਂ, ਦਰਦ ਆ ਦਿਲ ਦੇ ਵਿੱਚ। ਸੋ ਪੰਜਾਬ ਜਿਹੜਾ ਸਾਡਾ ਜਿੱਥੇ ਹਮੇਸ਼ਾ ਹੀ ਦਿੱਲੀ ਅਟੈਕ ਕਰਨ ਬਾਰੇ ਸੋਚਦੀ ਰਹਿੰਦੀ ਹੈ ਅਤੇ ਮੈਂ ਇਹੀ ਗੱਲ ਕਹੂੰਗਾ ਕਿ ਇਹ ਕਿਸਾਨੀ 'ਤੇ ਅਟੈਕ ਨਹੀਂ, ਸਿੱਧਾ ਪੰਜਾਬ 'ਤੇ ਅਟੈਕ ਆ। ਕਿਉਂਕਿ 1850 ਮੰਡੀਆਂ, 2-250 ਵੱਡੀ ਦਾਣਾ ਮੰਡੀ ਆ ਪੰਜਾਬ ਦੇ ਵਿੱਚ, ਅਤੇ ਤੁਸੀਂ ਦੇਖੋ ਇਹ ਜਿੱਥੇ ਕਿਸਾਨੀ 'ਤੇ ਅਟੈਕ ਹੋ ਰਿਹਾ ਉੱਥੇ ਮਜ਼ਦੂਰ 'ਤੇ ਵੀ ਅਟੈਕ ਹੋ ਰਿਹਾ। ਮੇਰੇ ਵੀਰ ਆ, ਮੇਰੇ ਸੱਜਣ ਮਿੱਤਰ ਮੇਰੀ ਆਵਾਜ਼ ਸੁਣਦੇ ਆ। ਵੈਸੇ ਪੰਜਾਬ ਦੇ ਵਿੱਚ ਪੂਰਾ ਸਰਗਰਮ ਹੋ ਕੇ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਹੇ ਆ ਅਤੇ ਮੇਰੀ ਵੀ ਇਹੀ ਬੇਨਤੀ ਹੈ ਕਿ ਇੱਥੇ ਅਕਾਲੀ ਕਾਂਗਰਸ ਝਾੜੂ ਬਾੜੂ ਸਭ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਹਦੇ ਸਾਡਾ ਪੰਜਾਬ ਦਾ ਬਚਾਅ। ਧਰਨੇ ਪ੍ਰਦਰਸ਼ਨ ਤੇ ਅੰਦੋਲਨ ਦਾ ਸਿਲਸਿਲਾ ਜਾਰੀ ਹੈ ਤੇ ਸਭ ਦੇ ਵਿਚਾਲੇ ਸਮਰਥਨ ਲਗਾਤਾਰ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਹਰ ਜਥੇਬੰਦੀ ਦਾ, ਜਾਂ ਕਹੀਏ ਕਿ ਪੰਜਾਬੀ ਕਲਾਕਾਰਾਂ ਦਾ ਵੀ ਵੱਡੇ ਪੱਧਰ ਦੇ ਉੱਤੇ ਮਿਲ ਰਿਹਾ ਹੈ। ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਫੌਰਨ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ।